ਅਸੀਂ ਇਹਦਾ ਸਾਰਾ ਜਿਹੜਾ ਇਲਜ਼ਾਮ ਹੈ ਜਾਂ ਸਾਰਾ ਕਸੂਰਵਾਰ ਪੁਲਿਸ ਨੂੰ ਠਹਿਰਾਉਂਦੇ ਹਾਂ। ਪੁਲਿਸ ਦੀ ਕੋਈ ਇੱਥੇ ਪਿਓ ਦੇ ਪੈਸੇ ਨਹੀਂ ਕਿ ਸਾਡੇ ਪੈਸੇ ਤਨਖਾਹਾਂ ਲੈਂਦੇ ਨੇ ਅਤੇ ਘਰ ਬੈਠੇ ਰਹਿੰਦੇ ਨੇ। ਆਵਾਮ ਦੀ ਹਿਫਾਜ਼ਤ ਕਰਦੇ, ਆਵਾਮ ਦਾ ਟੈਕਸ ਹੈ, ਉਹਦੀ ਤਨਖਾਹਾਂ ਲੈਂਦੇ ਨੇ। ਇਹਨਾਂ ਚਾਹੀਦਾ ਆਵਾਮ ਦੀ ਹਿਫਾਜ਼ਤ ਕਰਨਾ। ਉਸ ਬੰਦੇ ਨੂੰ ਮੈਂ ਕਹਿੰਦਾ ਕਿ ਫਾਂਸੀ 'ਤੇ ਬਹੁਤ ਛੋਟੀ ਜਿਹੀ ਸਜ਼ਾ ਵਾ, ਉਹਨੂੰ ਐਸੀ ਸਜ਼ਾ ਦੇਣੀ ਚਾਹੀਦੀ ਹੈ ਕਿ ਜਿਹੜੀ ਮੌਕੇ ਨਾ। ਅਸਲਾਮੁ ਅਲੈਕੁਮ ਜੀ, ਆਜ ਹਮ ਲੋਕ ਬਾਤ ਕਰੇਂਗੇ ਪਾਕਿਸਤਾਨ ਮੇਂ ਜੋ ਰੀਸੈਂਟਲੀ ਇੱਕ ਵਾਕਿਆ ਹੋਇਆ ਹੈ ਮੋਟਰਵੇ ਮੇਂ, ਜੋ ਲੜਕੀ ਕੇ ਸਾਥ ਹੋਈ ਹੈ ਜ਼ਿਆਦਤੀ, ਔਰ ਉਸਕੋ ਮਲੇਸ਼ੀਆ ਮੇਂ ਲੋਕ ਜੋ ਹੈ ਪਾਕਿਸਤਾਨ ਕਮਿਊਨਿਟੀ ਉਹ ਕਿਸ ਨਜ਼ਰੀਏ ਸੇ ਦੇਖਤੇ ਹੈ ਔਰ ਉਨਕੇ ਕਿਆ ਖਿਆਲਾਤ ਹੈ ਉਸਕੇ ਰਿਲੇਟਿਡ, ਆਜ ਵੋ ਹਮ ਬਾਤ ਕਰੇਂਗੇ ਕਿ ਕਿਆ ਯੇ ਚੀਜ਼ ਸਹੀ ਹੈ ਜਾਂ ਗਲਤ ਹੈ, ਔਰ ਇਸਕਾ ਜੋ ਪਾਕਿਸਤਾਨ ਸੇ ਬਾਹਰ ਰਹਿਤੇ ਹੈ ਲੋਕ ਪਾਕਿਸਤਾਨੀ ਉਨ ਪੇ ਕਿਆ ਅਸਰ ਪੜਤਾ ਹੈ, ਲੋਕ ਉਨਕੋ ਕਿਆ ਟਾਰਚਰ ਕਰਤੇ ਹੈ, ਯੇ ਸਾਰੀ ਬਾਤੇਂ ਹਮ ਪਾਕਿਸਤਾਨੀ ਕਮਿਊਨਿਟੀ ਸੇ ਪੁੱਛੇਂਗੇ ਜੋ ਕਿ ਮਲੇਸ਼ੀਆ ਮੇਂ ਇਸ ਵਕਤ ਮੌਜੂਦ ਹੈ। ਤੋ ਮੇਰੇ ਸਾਥ ਮੌਜੂਦ ਹੈ ਭਾਈ ਕਾਜ਼ਮ, ਮੈਂ ਉਨਸੇ ਪੁੱਛੂੰਗਾ ਕਿ ਆਪਕਾ ਇਸਕੇ ਬਾਰੇ ਮੇਂ ਕਿਆ ਖਿਆਲ ਹੈ। ਅਸਲਾਮ ਅਲੈਕੁਮ ਜੀ, ਕੀ ਖਿਆਲ ਇਹਨਾਂ? ਬੜਾ ਅਫਸੋਸ ਹੈ, ਬੜਾ ਦੁੱਖ ਲੱਗਾ ਹੈ ਇਸ ਵਾਕਿਆ ਦਾ, ਅਤੇ ਬੜੀ ਅਸੀਂ ਇਤਜਾਜ ਕਰਨੇ ਇਸ ਵਾਕਿਆ 'ਤੇ, ਔਰ ਅਸੀਂ ਇਹਦਾ ਸਾਰਾ ਜਿਹੜਾ ਇਲਜ਼ਾਮ ਹੈ ਜਾਂ ਸਾਰਾ ਕਸੂਰਵਾਰ ਪੁਲਿਸ ਨੂੰ ਠਹਿਰਾਉਂਦੇ ਹਾਂ। ਪੁਲਿਸ ਦੀ ਕੋਈ ਇੱਥੇ ਪਿਓ ਦੇ ਪੈਸੇ ਨਹੀਂ ਕਿ ਸਾਡੇ ਪੈਸੇ ਤਨਖਾਹਾਂ ਲੈਂਦੇ ਨੇ ਅਤੇ ਘਰ ਬੈਠੇ ਰਹਿੰਦੇ ਨੇ। ਆਵਾਮ ਦੀ ਹਿਫਾਜ਼ਤ ਕਰਦੇ, ਆਵਾਮ ਦਾ ਟੈਕਸ ਹੈ, ਉਹਦੀ ਤਨਖਾਹਾਂ ਲੈਂਦੇ ਨੇ। ਇਹਨਾਂ ਚਾਹੀਦਾ ਆਵਾਮ ਦੀ ਹਿਫਾਜ਼ਤ ਕਰਨਾ। ਔਰ ਉਸ ਤੋਂ ਬਾਅਦ ਜਿਹੜਾ ਪੁਲਿਸ ਦਾ ਅਫਸਰ ਹੈ ਉਹਨੇ ਕਿਹਾ ਜੀ ਔਰਤ ਬਾਹਰ ਇਸ ਟਾਈਮ ਕਿਉਂ ਨਿਕਲੀ ਹੈ? ਅਬੇ ਸਾਲੇ, ਅਸੀਂ ਤਾਂ ਮਲੇਸ਼ੀਆ ਰਹਿੰਦੇ ਹਾਂ, ਸਾਡੇ ਪਾਕਿਸਤਾਨ ਦੇ ਵਿੱਚ ਮਲੇਸ਼ੀਆ ਸਮਝ ਐਕਸਪ੍ਰੈਸ ਮੁਲਕ ਹੈ। ਇੱਥੇ ਲੋਕ ਔਰਤਾਂ ਨੇ ਰਾਤੀ 5 ਵਜੇ 4 ਵਜੇ ਕਿਸ ਟਾਈਮ ਵੀ ਨਿਕਲਣ, ਕਿਸੇ ਦੀ ਇੰਨੀ ਜ਼ਰੂਰਤ ਨਹੀਂ ਕਿ ਉਹਦਾ ਉਂਗਲ ਵੀ ਕਰੇ। ਕਿਉਂ? ਕਿ ਇਹਨਾਂ ਦਾ ਕਾਨੂੰਨ ਸਖਤ ਹੈ ਔਰ ਇਹ ਕਾਨੂੰਨ ਨੂੰ ਫਾਲੋ ਕਰਦੇ ਨੇ, ਔਰ ਕਾਨੂੰਨ ਨੂੰ ਫਾਲੋ ਇਹ ਕਰਦੇ ਨੇ, ਇਹ ਕਾਨੂੰਨ ਨੂੰ ਫਾਲੋ ਇਹ ਇਸ ਤੋਂ ਕਰਦੇ ਕਿ ਨਾਂਦਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਬਿਜ਼ਨਸਮੈਨ ਹੈ, ਕੋਈ ਵੀ ਹੈ, ਕੋਈ ਗੌਰਮੈਂਟ ਦਾ ਅਫਸਰ ਹੈ, ਜੋ ਵੀ ਹੈ, ਸਭ ਵਾਸਤੇ ਕਾਨੂੰਨ ਬਰਾਬਰ ਹੈ। ਸਾਡੇ ਕੋਲ ਤਾਂ ਕਾਲਾ ਕਾਨੂੰਨ ਚੱਲਦਾ ਪਿਆ, ਅਤੇ ਕਿਵੇਂ ਕਿਸੇ ਹਿਫਾਜ਼ਤ ਮਿਲੇ? ਔਰ ਉਸ ਪਿੱਛੇ ਉਹਨੇ ਬਿਆਨ ਦਿੱਤਾ ਹੈ ਜੀ ਕਿ ਉਹਨ ਇਸ ਟਾਈਮ ਬਾਹਰ ਨਾ ਨਿਕਲਣਾ ਚਾਹੀਦਾ, ਇਹ ਕੋਈ ਸਪੇਨ ਨਹੀਂ, ਇਹ ਪਾਕਿਸਤਾਨ ਹੈ। ਉਹ ਲੱਖ ਲਾਨਤ ਤੇਰੇ 'ਤੇ ਹੈ ਕੰਜਰਾ, ਤੂੰ ਸਭ ਤੋਂ ਵੱਡਾ ਜ਼ਲੀਲ ਹੈ ਕਾਇਨਾਤ, ਤੂੰ ਜਾ ਗਰਬ ਹੈ, ਤੂੰ ਜਾ ਕੇ ਆਪਣੀ ਧੀ, ਆਪਣੀ ਮਾਂ, ਆਪਣੀ ਭੈਣ ਜਾ ਤੂੰ ਹਿਫਾਜ਼ਤ ਕਰ, ਜਾ ਉਹਨਾਂ ਦਾ ਰਖਵਾਲਾ ਬਣ ਕੇ ਬਹਿ ਉੱਥੇ। ਤੈਨੂੰ ਇੱਥੇ ਪੈਸੇ ਦਿੱਤੇ ਜਾਂਦੇ, ਤਨਖਾਹ ਲੈਂਦਾ, ਕਿਸ ਦੇ ਲੈਂਦਾ? ਇਹ ਕਿਆ ਤੇਰੇ ਬਾਵਜਦਾਦ ਦੀ ਜੋ ਵਿਰਾਸਤ ਜਿੰਨੀ ਤੂੰ ਤਨਖਾਹ ਲੈ ਜਾਂਦਾ ਇੱਥੇ ਆ ਕੇ? ਕਿਸੇ ਕੋਈ ਵਿਰਾਸਤ ਨਹੀਂ, ਇਹ ਗੌਰਮੈਂਟ ਆਵਾਮ ਦਾ ਪੈਸਾ ਹੈ, ਆਵਾਮ ਦਾ ਟੈਕਸ ਹੈ, ਉਹਦੀ ਤੂੰ ਤਨਖਾਹ ਲੈਂਦਾ, ਆਵਾਮ ਦੀ ਹਿਫਾਜ਼ਤ ਕਰਨਾ ਤੇਰਾ ਫਰਜ਼ ਹੈ, ਠੀਕ ਹੈ? ਅੱਛਾ ਕਾਜ਼ਮ ਸਾਹਿਬ, ਤੁਹਾਨੂੰ ਕੀ ਮਹਿਸੂਸ ਹੋਇਆ ਕਿ ਲੋਕ ਤੁਹਾਨੂੰ ਕਿਹੜੀ ਨਜ਼ਰ ਨਾਲ ਵੇਖਦੇ ਨੇ, ਮਲੇਸ਼ੀਅਨ ਲੋਕ, ਕਿ ਯਾਰ ਪਾਕਿਸਤਾਨ ਦੇ ਵਿੱਚ ਆਏ ਰੋਜ਼ ਇਸ ਤਰ੍ਹਾਂ ਦੇ ਵਾਕਿਆਤ ਹੁੰਦੇ ਨੇ, ਉਹਦੇ ਨਾਲ ਤੁਹਾਨੂੰ ਕੀ ਫਰਕ ਪੈਂਦਾ ਪਾਕਿਸਤਾਨ ਹੋਣ ਦੇ ਨਾਤੇ? ਭਾਈ ਜਾਨ, ਸਾਨੂੰ ਤਾਂ ਇੱਥੇ ਦੱਸਣ ਲੱਗਾ ਸ਼ਰਮ ਆਉਂਦੀ ਕਿ ਸਾਡਾ ਮੁਲਕ ਇਸਲਾਮੀ ਜਮਹੂਰੀਆ ਹੈ, ਠੀਕ ਹੈ? ਸਾਡਾ ਮੁਲਕ ਬਣਿਆ ਇਸਲਾਮ ਦੇ ਨਜ਼ਰੀਏ 'ਤੇ, ਇੱਥੇ ਮੁਸਲਮਾਨਾਂ ਮੁਲਕ ਇਹ ਵੀ ਹੈ, ਕਹਿੰਦੇ ਕਿ ਇਹ ਤੁਹਾਡਾ ਇਸਲਾਮ ਦੇ ਨਾਲ ਮੁਲਕ ਬਣਿਆ। ਇੱਥੇ ਚੀਨੇ ਵੀ ਨੇ, ਇੰਡੀਅਨ ਨੇ, ਹਰ ਮਜ਼ਹਬ ਦਾ, ਹਰ ਕਿੱਦੇ ਦਾ ਬੰਦਾ ਇੱਥੇ ਰਹਿੰਦਾ। ਉਹ ਆਉਂਦੇ ਆ, ਵੇਖੋ ਸਾਨੂੰ, ਇਹ ਤੁਹਾਡੇ, ਇਹ ਤੁਸੀਂ ਇਸਲਾਮ ਤੁਸੀਂ ਫਾਲੋ ਕਰਦੇ, ਇਹ ਤੁਸੀਂ ਆਉਂਦੇ ਉੱਥੇ 90-95% ਮੁਸਲਮਾਨ ਆਉਂਦੇ, ਤੁਸੀਂ ਇਹ ਤਾਂ ਮੁਸਲਮਾਨ ਹੋ। ਅਫਸੋਸ ਹੁੰਦਾ ਜੀ, ਇਹਦੇ ਖਬਰਾਂ ਸੁਣ ਕੇ ਬੜਾ ਦੁੱਖ ਲੱਗਦਾ, ਔਰ ਸਾਡੀ ਰਿਪੂਟੇਸ਼ਨ ਬੜੀ ਖਰਾਬ ਹੁੰਦੀ ਹੈ ਇੱਥੇ। ਸਨ ਲੋਕ ਇੱਕ ਬੜੇ ਇੱਕ ਬੜੀ ਹੋਰ ਘਟੀਆ ਨਜ਼ਰ ਨਾਲ ਸਾਨੂੰ ਵੇਖਦੇ ਨੇ, ਠੀਕ ਹੈ? ਕਿੰਨੀ ਕੁ ਸਜ਼ਾ ਮਿਲਣੀ ਚਾਹੀਦੀ, ਕੀ ਸਜ਼ਾ ਹੋਣੀ ਚਾਹੀਦੀ ਹੈ? ਸਾਰਿਆਂ ਨੂੰ ਕਹੋ ਜੀ, ਅਸੀਂ ਤਾਂ ਇਸ ਚੀਜ਼ ਦਾ ਮੁਤਾਲਬਾ ਕਰਨੇ ਆ, ਜਿਹਨੇ ਵੀ ਕੀਤਾ ਹੈ, ਠੀਕ, ਉਹਨੂੰ ਸਰਿਆਂ ਫਾਂਸੀ ਦਿੱਤੀ ਜਾਏ, ਉਹਨੂੰ ਗੋਲੀ ਮਾਰੀ ਜਾਏ, ਜੋ ਵੀ ਉਹਨੂੰ ਸਜ਼ਾ ਮੌਤ ਦਿੱਤੀ ਜਾਏ, ਉਸ ਪਿੱਛੇ ਸਾਰਿਆਂ ਨੂੰ ਪਹਿਲੇ ਜਿਸ ਉਸ ਔਰਤ ਨੇ ਹੈਲਪਲਾਈਨ 'ਤੇ ਰਾਬਤਾ ਕੀਤਾ, ਉਸ ਤੋਂ ਬਾਅਦ ਉਹਨੇ ਜ਼ਿਆਦਤੀ ਹੁੰਦੀ ਹੈ, ਉਹ ਹੈਲਪਲਾਈਨ ਜਿਸ ਕਾਲ ਚੁੱਕੀ ਹੈ, ਜੇ ਹੈਲਪਲਾਈਨ 'ਤੇ ਬੈਠਿਆ, ਉਹਨਾਂ ਫੜ ਉਹਨਾਂ ਨੇ ਤਫਸ਼ੀਸ਼ ਕਰਨ, ਇਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਣਾ। ਲੇਕਿਨ ਇਹ ਪੁਲਿਸ ਨੇ ਇਹ ਕੰਮ ਨਹੀਂ ਕਰਨਾ, ਉਹਦੀ ਵਜ੍ਹਾ ਇਹ, ਅਗਰ ਇਹ ਕੰਮ ਕਰ ਸਕਦੇ ਉਹ ਆਪ ਫੜੇ ਜਾਣਦੇ। ਸਰ, ਔਰ ਪਾਕਿਸਤਾਨੀ ਮੌਜੂਦ ਹੈ, ਮੈਂ ਉਨਸੇ ਵੀ ਪੁੱਛਦਾ ਹੂੰ ਕਿ ਆਪ ਕਿਆ ਦੇਖਤੇ ਹੈ ਇਸ ਵਾਕਿਆ ਕੋ, ਕਿਸ ਨਜ਼ਰ ਸੇ ਦੇਖਤੇ ਹੈ ਕਿ ਇਹ ਵਾਕਿਆ
पाकिस्तान की जो रेपूटेशन है उसको किस तरह तबाह कर रहा है। तो मेरे साथ मौजूद हैं राणा अरफान, इनसे पूछते हैं। अस्सलाम वालेकुम, सब तो पहले सारे भैनों भरावों को सलाम कहना वा, उस तो बाद जी गल है वीरा जी, जिहड़ा वाक्य होया वा मोटरवे ते साडी भैन दे नाल, साडी उह भैणां वर्गी आ, मावां वर्गी आ, साडियां साडे घरां च वी भैणां धीआं है वा, ते इस तो बाद जिहड़ा उहदे नाल वाकया होया वा, असीं बाहरले मुल्कां दे विच रह रहे हां, साडी जिहड़े आ मलेशिया दी कंट्री आ जिहड़ी, ਇਹ ਸਾਨੂੰ ਹੁਣ ਚੰਗਾ ਨਹੀਂ ਸਮਝਦੀ ਕਿ ਤੁਸੀਂ ਪਾਕਿਸਤਾਨੀ ਜਿਹੜੇ ਆ ਸਾਡੇ ਮੁਲਕ ਨੂੰ ਵੀ ਖਰਾਬ ਕਰੋਗੇ। ਇਸ ਕਰਕੇ ਅਸੀਂ ਇਸ ਗੱਲ 'ਤੇ ਬਹੁਤ ਸ਼ਰਮਿੰਦਾ ਵਾਂ, ਸ਼ਰਮਿੰਦੇ ਤੋਂ ਇਲਾਵਾ ਅਸੀਂ ਇਸ ਗੱਲ 'ਤੇ ਬਹੁਤ ਇਹਤਜਾਜ ਕਰਦੇ ਹਾਂ ਕਿ ਸਾਡੇ ਨਾਲ ਇਹਨਾਂ ਨੇ ਗਲਤ ਕੀਤਾ ਵਾ, ਜ਼ਿਆਦਤੀ ਕੀਤੀ ਆ, ਉਸ ਔਰਤ ਦੇ ਨਾਲ ਜ਼ਿਆਦਤੀ ਹੋਈ ਆ, ਅਤੇ ਉਸ ਔਰਤ ਦੇ ਨਾਲ ਵੀ ਜ਼ਿਆਦਤੀ ਹੋਈ ਆ, ਜਿਸ ਬੰਦੇ ਨੇ ਕੀਤੀ ਆ ਉਸ ਬੰਦੇ ਨੂੰ ਮੈਂ ਕਹਿੰਦਾ ਕਿ ਫਾਂਸੀ 'ਤੇ ਬਹੁਤ ਛੋਟੀ ਜਿਹੀ ਸਜ਼ਾ ਵਾ, ਉਹਨੂੰ ਐਸੀ ਸਜ਼ਾ ਦੇਣੀ ਚਾਹੀਦੀ ਆ ਕਿ ਜਿਹੜੀ ਮੌਕੇ ਨਾ। ਅੱਛਾ, ਔਰ ਪਾਕਿਸਤਾਨੀ ਯਹਾਂ ਪੇ ਮੌਜੂਦ ਹੈ, ਔਰ ਉਨਸੇ ਵੀ ਪੁੱਛਦੇ ਹੈ ਕਿ ਉਨਕੇ ਕਿਆ ਖਿਆਲ ਹੈ ਇਸ ਵਾਕਿਆ ਕੇ ਬਾਰੇ ਮੇਂ। ਤੋ ਮੇਰੇ ਸਾਥ ਮੌਜੂਦ ਹੈ ਤੋਹੀਦ, ਤੋ ਉਸੇ ਪੁੱਛਦੇ ਹੈ ਕਿ ਉਸਕਾ ਕਿਆ ਖਿਆਲ ਹੈ ਇਸਕੇ ਬਾਰੇ ਮੇਂ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਸਾਨੂੰ ਵਾਕਿਆ ਦਾ ਬੜਾ ਅਫਸੋਸ ਹੈ ਜਿਹੜਾ ਲਾਹੌਰ ਮੋਟਰਵੇ 'ਤੇ ਹੋਇਆ, ਅਸੀਂ ਉਹਦੀ ਭਰਪੂਰ ਮੁਜ਼ੰਮਤ ਕਰਦੇ ਹਾਂ, ਅਤੇ ਮਲੇਸ਼ੀਆ ਦੀ ਪਾਕਿਸਤਾਨੀ ਕਮਿਊਨਿਟੀ ਵੱਲੋਂ ਵੀ ਅਸੀਂ ਉਹਦੀ ਮੁਜ਼ੰਮਤ ਕਰਦੇ ਹਾਂ, ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਬੰਦੇ ਨੂੰ ਸਰੇਆਮ ਫਾਂਸੀ ਦਿੱਤੀ ਜਾਏ। ਅਤੇ ਅਸੀਂ ਅੱਜ ਨਿਊਜ਼ ਸੁਣੀ ਹੈ ਕਿ ਵਜ਼ੀਰ ਆਜ਼ਮ ਪਾਕਿਸਤਾਨ ਨੇ ਇਸ ਦਾ ਐਲਾਨ ਕਰ ਦਿੱਤਾ ਹੈ ਕਿ ਜਿਹੜਾ ਇਸ ਤਰ੍ਹਾਂ ਬੱਚਿਆਂ ਨਾਲ ਜ਼ਿਆਦਤੀ ਕਰੇਗਾ ਉਹਨੂੰ ਨਾਮਰਦ ਕਰ ਦਿੱਤਾ ਜਾਏਗਾ, ਅਤੇ ਸਰੇਆਮ ਫਾਂਸੀ ਵੀ ਦਿੱਤੀ ਜਾਏਗੀ। ਅਸੀਂ ਹਕੂਮਤ ਦੇ ਇਸ ਫੈਸਲੇ ਦੀ ਬੜੀ ਹਮਾਇਤ ਕਰਦੇ ਹਾਂ, ਅਤੇ ਹਕੂਮਤ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਇੱਕ ਬਹੁਤ ਅੱਛਾ ਫੈਸਲਾ ਕੀਤਾ। ਇਹਦੀ ਵਜ੍ਹਾ ਨਾਲ ਆਇੰਦਾ ਤੋਂ ਇਸ ਤਰ੍ਹਾਂ ਦੇ ਵਾਕਿਆਤ ਨਹੀਂ ਹੋਣਗੇ।